ਬਾਤ ਜੀ। ਲਓ ਜੀ, ਬੀਰ ਸਿੰਘ ਜੀ ਤੋਂ ਪੁੱਛਦੇ ਆ। ਸਿੱਖਿਆ ਜਾ ਸਕਦਾ, ਪਰ ਜਿਹੜੀ ਟੋਨ ਉੱਤੋਂ ਬਣ ਕੇ ਆਉਂਦੀ ਹੈ ਨਾ, ਉਹ ਸਿਖਾਉਣ ਤੋਂ ਬਾਹਰ ਹੁੰਦੀ ਆ। ਉਹ ਸਿੱਖਿਆ ਸਿਖਾਇਆ ਨਹੀਂ ਮਿਲਦੀ, ਉਹ ਤੈਨੂੰ ਦਾਤ ਮਿਲੀ ਹੋਈ ਆ ਬਸ। ਉਹਦਾ ਭਰਪੂਰ ਤੌਰ 'ਤੇ ਖਿਆਲ ਰੱਖੀ, ਠੀਕ ਹੈ, ਮਿਹਨਤ ਕਰੀ ਜ਼ਿੰਦਗੀ ਦੇ ਵਿੱਚ ਹਮੇਸ਼ਾ। ਗੋਡ ਬਲੈਸ ਯੂ। ਥੈਂਕ ਯੂ ਜੀ। ਸਚਿਨ ਜੀ, ਸੋਹਣਾ ਗਾਇਆ ਰੋਹਿਤ, ਬਹੁਤ ਸੋਹਣਾ ਗਾਇਆ। ਇੱਦਾਂ ਦੀ ਹੀ ਪਰਫੋਰਮੈਂਸ ਜੀ ਤੁਹਾਡੇ ਤੋਂ ਅਸੀਂ ਉਮੀਦ ਕਰਦੇ ਹਾਂ। ਇਹ ਗਾਣਾ ਮੇਰੇ ਬਹੁਤ ਦਿਲ ਦੇ ਨੇੜੇ, ਮੈਂ ਬਹੁਤ ਸੁਣਿਆ ਗਾਣਾ, ਇਹ ਅੱਜ ਵੀ ਸੁਣਦਾ, ਪਰ ਜਦੋਂ ਅੱਜ ਤੋਂ ਬਾਅਦ ਮੈਨੂੰ ਲੱਗਦਾ ਮੈਨੂੰ ਤੇਰੇ ਵਾਲਾ ਵਰਜਨ ਸੁਣਨਾ ਪਿਆ ਕਰਨਾ। ਛੋਟੀ ਜਿਹੀ ਟਿਪਸ ਹੈਗੀ ਹੈ, ਕੋਈ ਵੀ ਗਾਣਾ ਅਗਰ ਤੁਸੀਂ ਗਾ ਰਹੇ ਹੋ, ਗਾਣੇ ਦਾ ਟੈਂਪੋ ਜਿਹੜਾ ਹੈ ਉਹਨੂੰ ਭੁੱਲ ਜਾਓ, ਠੀਕ ਹੈ। ਉਸ ਟੈਂਪੋ 'ਚ ਪਰਫੋਰਮੈਂਸ ਕਰਨੀ ਹੈ। ਰਿਆਜ਼ ਕਿੱਦਾਂ ਕਰਨਾ ਹੈ ਕਿ ਫਿਲੋਸਫੀ ਜਿਹੜੀ ਹੈਗੀ ਪੋਇਟਰੀ ਦੀ, ਉਹ ਕੀ ਕਹਿ ਰਹੀ ਹੈ, ਉਹਦੇ ਸ਼ਬਦ ਕੀ ਕਹਿ ਰਹੇ ਨੇ, ਸ਼ਬਦਾਂ ਦਾ ਡਿਕਸ਼ਨ ਕੀ ਕਹਿ ਰਿਹਾ। ਜਦ ਤੁਸੀਂ ਡਿਕਸ਼ਨ ਗਾ ਰਹੇ ਹੋ ਤਾਂ ਉਹਨੂੰ ਪਿੱਚ ਕਰੈਕਸ਼ਨ ਕਰਦੇ ਹਾਂ, ਔਰ ਮੈਲੋਡਾਈਨ 'ਚ ਜਾ ਕਰਕੇ ਮਿਊਜ਼ਿਕ 'ਚ ਪਿੱਚ ਕਰੈਕਸ਼ਨ ਕਰਦਾ। ਆਪਣਾ ਡਿਕਸ਼ਨ ਜਿਹੜਾ ਹੈ ਉਹ ਸ਼ਬਦਾਂ 'ਚ ਹੈ। ਸ਼ਬਦ ਕਿੰਨਾ ਕਲੀਅਰ ਕਰਕੇ ਗਾ ਰਹੇ ਹਾਂ, ਆਵਾਜ਼ ਸੁਰੀਲੀ ਹੋਏਗੀ, ਠਹਿਰਾਓ ਮਿਲੇਗਾ, ਸਾਂਸ ਵਧੇਗਾ, ਜਿਹੜੀਆਂ ਹਰਕਤਾਂ ਉੱਪਰ ਜਾ ਰਹੀਆਂ ਨੇ ਉਹ ਕਲੀਅਰ ਹੋ ਜਾਏਗਾ। ਬਹੁਤ ਅੱਛੀ ਆਵਾਜ਼ ਹੈ, ਔਰ ਸਲੋ ਟੈਂਪੋ 'ਚ ਪ੍ਰੈਕਟਿਸ ਕਰਨੀ ਹੈ, ਰਾਈਟ। ਗੋਡ ਬਲੈਸ। ਸੋ ਥੈਂਕ ਯੂ ਸੋ ਮਚ ਸਰ ਇਸ ਦੇ ਲਈ, ਅਤੇ ਨਾਲ ਨਾਲ ਹਰਜੀਤ ਹਰਮਨ ਜੀ, ਕਿਹੋ ਜਿਹੀ ਪਰਫਾਰਮੈਂਸ? ਤੇਰੀ ਆਵਾਜ਼ ਦੇ ਵਿੱਚ ਇੱਕ ਐਸੀ ਖਿੱਚ ਹੈ ਜਿਹੜੀ ਕਿ ਤੁਰ ਅੰਦਰ ਤੱਕ ਵਹਿ ਜਾਂਦੀ ਹੈ। ਸੋ ਬਹੁਤ ਉਮਰ ਹੈ ਤੇਰੀ, ਛੋਟੀ ਹੈ ਉਮਰ ਹੈ, ਪਤਾ ਨਹੀਂ ਕਿੱਥੇ ਪਹੁੰਚਣਾ ਤੈਂ। ਅਤੇ ਫਿਰ ਉਹੀ ਗੱਲ ਕਿ ਸਾਡੀਆਂ ਵੈਸਟ ਵਿਸ਼ੇ ਨਾਲ ਨੇ ਪਰਮਾਤਮਾ ਤੈਨੂੰ ਚੜ੍ਹਦੀ ਕਲਾ ਬਖਸ਼ੀ। ਮੈਨੂੰ ਬਹੁਤ ਹੀ ਸੋਹਣਾ ਤੇਰੀ ਆਵਾਜ਼ 'ਤੇ ਪਰਫਾਰਮੈਂਸ ਲੱਗੀ। ਥੈਂਕ ਯੂ ਸਰ। ਥੈਂਕ ਯੂ ਸਰ, ਥੈਂਕ ਯੂ ਸੋ ਮਚ। ਆ ਜਾ ਫਿਰ ਮੁੰਡਿਆ।